ਸਾਡੇ ਸਾਹਮਣੇ ਜੋਗ ਜੀ ਰਾਜਾ ਮੁਹੰਮਦ ਅਸਲਮ ਮਹਰੂਮ ਤੂਰ ਵਾਲਿਆਂ ਦੀ ਇਹਨਾਂ ਦੀ ਜੋਗ ਨੇ 6 ਮਿੰਟਾਂ ਵਿੱਚ 100 ਤੇ ਪੂਰੇ 21 ਫੇਰੇ ਮਾਰੇ ਹੁਣ ਜਨਾਬ ਪੰਜਾਲੀ ਬਣ ਗਏ ਬਾਬਾ ਮੁਹੰਮਦ ਅਸ਼ਰਫ ਸ਼ਾਹ ਦਾ ਤੋਰ ਬਣੀ ਮਲਕਵਾਲ ਉਹਨਾਂ ਤੋਂ ਬਾਅਦ ਲਾਲ ਖਾਨ ਸ਼ਰਾਣਾ ਚੱਕ ਮੁਬਾਰਕ ਉਹਨਾਂ ਤੋਂ ਬਾਅਦ ਨੁਸਰਤ ਹਯਾਤ ਚੱਕ ਬੇਪੁਰ ਉਹਨਾਂ ਤੋਂ ਬਾਅਦ ਚੌਧਰੀ ਮੁਲਾ ਜਾਨ ਫੱਟੀ ਪਿੰਡੀ ਸ਼ਾਹਪੁਰ ਉਹਨਾਂ ਤੋਂ ਬਾਅਦ ਚੌਧਰੀ ਮੁਹੰਮਦ ਬੂਟਾ ਸਾਹਿਬ ਤੋਰ ਉਹਨਾਂ ਤੋਂ ਬਾਅਦ ਬਾਬਾ ਗੁਲਾਮ ਰੱਬਾ